ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਕੀ ਹਾਲ ਚਾਲ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ, ਔਰ ਸਾਰੇ ਠੀਕ ਠਾਕ। ਅੱਜ ਨਾ ਅੱਜ ਦਾ ਦਿਨ ਨਾ ਮੇਰੇ ਵਾਸਤੇ ਕਾਫੀ ਚੰਗਾ ਨਹੀਂ ਸੀ, ਮਾੜਾ ਹੀ ਚੜਿਆ, ਕਿਉਂਕਿ ਸਵੇਰੇ ਸਵੇਰੇ ਮੈਂ ਨਾ ਲਾਈਟ ਆ ਨਹੀਂ ਰਹੀ, ਅਤੇ ਮੈਨੂੰ ਜਿਹੜਾ ਮੇਰਾ ਚਾਰਜਿੰਗ ਆ ਉਹ ਮੈਂ ਨਾ ਜਿਹੜੇ ਇਨਵੇਟਰ ਦੇ ਪਲੱਗ 'ਤੇ ਲਗਾ ਕੇ ਅਤੇ ਮੈਂ ਕਮਰੇ ਤੋਂ ਬਾਹਰ ਹੀ ਨਿਕਲ ਗਈ, ਉਹ ਚਾਰਜਿੰਗ ਜਿਹੜਾ ਫੋਨ ਜਿਹੜਾ ਸੀ ਮੇਰਾ ਡਿੱਗ ਕੇ ਥੱਲੇ ਸਾਰਾ ਟੁੱਟ ਗਿਆ। ਸੋ ਮੇਰਾ ਇਹੀ ਫੋਨ ਸੀ, ਬੜੀ ਮੈਂ ਮਿਹਨਤ ਦੇ ਨਾਲ ਫੋਨ ਲਿੱਤਾ ਸੀ, ਇਹੀ ਮੇਰੇ ਕੋਲ ਫੋਨ ਹੀ, ਇਹਦੇ ਨਾਲ ਮੈਂ ਵੀਡੀਓ ਸ਼ੂਟ ਕਰਦੀ ਹਾਂ, ਇਹਦੇ ਨਾਲ ਹੀ ਮੇਰਾ ਸਾਰਾ ਜੋ ਵੀ ਵੀਡੀਓ ਦਾ ਕੰਮ ਹੈ ਸਾਰਾ ਇਹਦੇ ਨਾਲ ਹੀ ਹੁੰਦਾ। ਇਹੋ ਫੋਨ ਮੈਂ ਕਾਲਿੰਗ ਵਗੈਰਾ ਵੀ ਸਾਰੀ ਮੇਰੀ ਇਹਦੇ 'ਤੇ ਹੀ ਹੈ, ਅਤੇ ਫੋਨ ਮੇਰਾ ਸਾਰਾ ਟੁੱਟ ਗਿਆ। ਹੁਣ ਵੀ ਮੈਂ ਇਹਦੇ ਨਾਲ ਵੀਡੀਓ ਸ਼ੂਟ ਕਰਨ ਦੀ, ਇਹ ਵੀ ਵੀਡੀਓ 'ਤੇ ਬਣ ਰਹੀ ਹੈ, ਲੇਕਿਨ ਪੂਰੀ ਨਾ ਸਕਰੀਨ ਜਿਹੜੀ ਹੈ ਟੁੱਟ ਗਈ ਉੱਪਰੋਂ। ਹੁਣ ਦੇਖਾਂਗੀ, ਹਾਲੇ ਤਾਂ ਥੋੜ੍ਹੀ ਦੇਰ ਦਿਨਾਂ ਬਾਅਦ ਹੀ ਫਿਰ ਬਣਵਾਵਾਂਗੀ ਜਾਂ ਕੀ ਕਰਨਾ ਇਹਦਾ ਵੇਖਾਂਗੀ। ਹੋਰ ਅੱਜ ਸਵੇਰ ਦੀ ਲਾਈਟ ਬਿਲਕੁਲ ਨਹੀਂ ਆ ਰਹੀ, ਜੂਨ 5 ਵਜੇ ਦੀ ਲਾਈਟ ਗਈ, ਰਾਤ ਵੀ ਪੂਰੀ ਲਾਈਟ ਖਰਾਬ ਕਰਦੀ ਰਹੀ ਅਤੇ ਸਵੇਰੇ 5 ਵਜੇ ਦੀ ਲਾਈਟ ਗਈ ਆ, ਹਾਲੇ ਤੱਕ ਲਾਈਟ ਦਾ ਕੋਈ ਅਤਾ ਪਤਾ ਨਹੀਂ। ਹੁਣੇ ਮੈਂ ਮੰਮੀ ਘਰ ਜਾ ਕੇ, ਮਤਲਬ ਮੇਰੇ ਪੇਕੇ ਘਰ ਵੀ ਲੱਗ ਗਈ ਨੇ, ਉੱਧਰ ਜਾ ਕੇ ਨਹਾਉਣ ਨੂੰ ਹੋ ਕੇ ਆਈ ਹਾਂ, ਬੱਚਿਆਂ ਨੂੰ ਉੱਧਰ ਪਾਣੀ ਵਾਸਤੇ ਜਾਣਾ ਪਿਆ, ਪਾਣੀ ਪੀਣ ਵਾਸਤੇ ਪਾਣੀ ਤੱਕ ਨਹੀਂ ਹੈਗਾ, ਇੰਨੀ ਜ਼ਿਆਦਾ ਮੁਸ਼ਕਲ ਹੋਈ ਹੈ ਪਾਣੀ ਦੀ ਉਹ ਲਾਈਟ ਦੀ। ਪੰਜਾਬ ਦੇ ਵਿੱਚ ਨਾ ਇੱਕ ਆਹ ਬੜੀ ਜ਼ਿਆਦਾ ਪ੍ਰੋਬਲਮ ਹੈ ਲਾਈਟ ਦੀ, ਲਾਈਟ ਬਹੁਤ ਜ਼ਿਆਦਾ ਖਰਾਬ ਕਰਦੀ ਹੈ, ਬਹੁਤ ਜ਼ਿਆਦਾ ਨਾ ਬੱਤੀ ਬਹੁਤ ਜ਼ਿਆਦਾ ਖਰਾਬ ਕਰਦੀ ਸਾਰੇ। ਮੰਮੀ ਵੀ ਹੁਣੇ ਕਿਸੇ ਦੇ ਘਰ ਨਹਾ ਕੇ ਆਏ, ਉਹਨਾਂ ਕਿਸੇ ਦੇ ਘਰ ਪਾਣੀ ਹੈਗਾ ਸੀ, ਸਾਡੇ ਘਰ ਨਾ ਪਾਣੀ ਮਤਲਬ ਜ਼ਿਆਦਾ ਜੀ ਹੈ ਨਾ, ਅਤੇ ਉਹ ਕਿਰਾਏਦਾਰਾਂ ਨੂੰ ਵੀ ਪਾਣੀ ਦੇਣਾ ਪੈਂਦਾ, ਇਸ ਲਈ ਪਾਣੀ ਸਾਰਾ ਖਰਾਬ ਹੋ ਗਿਆ। ਇਹ ਵੇਖੋ, ਇਹ ਨਹਾਤਾ ਨਹੀਂ ਹਲੇ ਤੱਕ, ਮੈਂ ਨਹਾ ਕੇ ਆ ਗਈ ਨਾਨੀ ਜੀ ਕੀ ਘਰੇ, ਇਹ ਨਹਾਤਾ ਨਹੀਂ, ਕਹਿੰਦਾ ਮੈਂ ਨਹੀਂ ਨਹਾਉਣਾ, ਮੈਂ ਘਰੇ ਜਾ ਕੇ ਨਹਾਉਂਗਾ, ਜਾਨ ਗੰਦਾ ਬੇਬੀ ਬਣਿਆ ਨਾ ਜਾਨੂ। ਹੈਲੋ ਗਰ, ਘਰੇ ਕਿਸੇ ਮਤਲਬ ਸਾਡੇ ਜਿਹੜਾ ਮਤਲਬ ਖੁੱਲ੍ਹਾ ਵਿਹੜਾ ਨਾ, ਤਾਂ ਗਵਾਂਢੀ ਸਾਡੇ ਘਰ ਬਾਈਕ ਆਪਣੀ ਲਗਾ ਕੇ ਗਈ, ਮੈਂ ਉੱਥੇ ਖੜੀ ਹਾਂ, ਅਤੇ ਉਹ ਬੱਚੇ ਕਹਿ ਰਹੇ ਨੇ ਕਿ ਸਾਡੀ ਬਾਈਕ ਨਹੀਂ ਹੈ, ਇਹ ਗਵਾਂਢੀਆਂ ਦੀ ਬਾਈਕ ਹੈ। ਬੇਟਾ ਮੈਂ ਬਾਈਕ ਦਿਖਾਈ ਵੀ ਨਹੀਂ ਹੈਗੀ, ਹੈ ਨਾ, ਕਿਉਂ ਸ਼ਰਟ ਖੋਲਣ ਦੇ, ਲਾਈਟ ਆ ਗਈ, ਲਾਈਟ ਆ ਗਈ, ਹਾਂ ਠੀਕ ਕਰਦੇ ਪਏ ਨੇ, ਹੁਣੇ ਜਾ ਕੇ ਆਏ ਨੇ ਬਿਜਲੀ ਵਾਲੇ। ਸਵੇਰ ਦੀ ਆਪਾਂ ਇੰਨੀਆਂ ਕੰਪਲੇਨਾਂ ਪਾਈਆਂ ਬੱਤੀ ਵਾਲਿਆਂ ਨੂੰ, ਬਿਜਲੀ ਵਾਲਿਆਂ ਨੂੰ, ਲੇਕਿਨ ਕੋਈ ਇਹ ਨਹੀਂ ਕੰਪਲੇਨ ਨਹੀਂ ਸੁਣੀ। ਕਿਸੇ ਨੇ ਨਾ ਕੰਪਲੇਨ ਨਹੀਂ ਸਾਡੀ ਲਿੱਤੀ, ਕਿਸੇ ਨੇ ਸੁਣੀ ਨਹੀਂ, ਬੜੀਆਂ ਔਨਲਾਈਨ ਕੰਪਲੇਨਾਂ ਵੀ ਪਾਈਆਂ ਕਿ ਲਾਈਟ ਆ ਜਾਏ, ਲੇਕਿਨ ਲਾਈਟ ਹੋਈ ਨਹੀਂ ਸਹੀ। ਹੁਣ ਜਾ ਕੇ ਸ਼ਾਇਦ ਹੁਣ ਕਹਿੰਦੇ ਨੇ ਕਿ ਸਿੱਧੀਆਂ ਗੱਲਾਂ ਆਉਂਦੀਆਂ, ਕਹਿੰਦਾ ਬੁਲਟ ਵੈਸੇ ਕਹਿਣ ਤਾਂ ਠੀਕ ਹੀ ਰਿਹਾ ਜੇ, ਕਹਿੰਦਾ ਜਿਸ ਗਾਈਜ ਕੋ ਬੁਲਟ ਹੈਗਾ ਉਹ ਤੇਜ਼ ਨਾ ਚਲਾਇਓ ਕਿਉਂਕਿ ਉਹ ਕੰਟਰੋਲ ਨਹੀਂ ਹੁੰਦਾ। ਤੇ ਵੈਸੇ ਵੇਲੋ ਬੱਚੇ ਵੀ ਸਹੀ ਸਹੀ ਗੱਲ ਕਰ ਦਿੰਦੇ ਆ।
ਤਾਂ ਐਂਡ ਨਹੀਂ ਕਰ ਸਕੀ ਸੀ। ਸੋ ਇਹ ਸਵੇਰੇ ਸਵੇਰੇ ਦਾ ਵਿਊ ਹੈ, ਕੁਛ ਇੱਦਾਂ ਦਾ ਪੰਛੀ ਜਿਹੜੇ ਨੇ ਸਵੇਰੇ ਸਵੇਰੇ ਉੱਡਦੇ ਪਏ ਸੀ। ਵੀਡੀਓ ਦੇ ਵਿੱਚ ਤਾਂ ਦਿਖਾਈ ਦੇ ਨਹੀਂ ਰਹੇ ਨੇ, ਲੇਕਿਨ ਬੜੇ ਜ਼ਿਆਦਾ ਪੰਛੀ ਇੱਧਰ ਉੱਧਰ ਉੱਡ ਰਹੇ ਸੀ। ਸੋ ਮੈਂ ਕੈਪਚਰ ਕੀਤੇ ਨੇ, ਬਟ ਵੀਡੀਓ ਵਿੱਚ ਕੋਈ ਦਿਖਾਈ ਨਹੀਂ ਦਿੱਤੇ। ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ।